ਰਾਜਕੁਮਾਰ ਚੱਬੇਵਾਲ ਅਚਾਨਕ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਜਾਂਦੇ ਨੇ, ਜਿਸ ਤੋਂ ਬਾਅਦ ਕਾਂਗਰਸ ਜ਼ਰੂਰ ਕਿਤੇ ਨਾ ਕਿਤੇ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਨੇ, ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਜ਼ਰੂਰ ਵੱਡਾ ਝਟਕਾ ਲੱਗਿਆ, ਕਿਉਂਕਿ ਇੱਕ ਵੱਡਾ ਚਿਹਰਾ ਸੀ ਜ਼ਾਹਿਰ ਤੌਰ ਦੇ ਉੱਤੇ ਕਾਂਗਰਸ ਪਾਰਟੀ ਦੇ ਵਿੱਚ, ਪੰਜਾਬ ਅੰਦਰ ਇੱਕ ਵੱਡਾ ਚਿਹਰਾ ਰਾਜਕੁਮਾਰ ਚੱਬੇਵਾਲ, ਜੋ ਵਿਧਾਨ ਸਭਾ ਦੇ ਵਿੱਚ ਅਜੇ ਤੱਕ ਤਾਂ ਪੁਰਜ਼ੋਰ ਤਰੀਕੇ ਨਾਲ ਖਿਲਾਫਤ ਕਰਦੇ ਨਜ਼ਰ ਆਏ ਸੀ, ਪਰ ਰਾਤੋ ਰਾਤ ਅਚਾਨਕ ਆਮ ਆਦਮੀ ਪਾਰਟੀ ਦੇ ਵੱਲ ਹੋ ਗਏ ਔਰ ਅਗਲੇ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਖੈਰ, ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ ਜ਼ਰੂਰ ਇਤਰਾਜ਼ ਕਰ ਰਹੇ ਨੇ, ਜਿੱਥੇ ਪ੍ਰਤਾਪ ਸਿੰਘ ਬਾਜਵਾ ਨੇ ਇੱਥੋਂ ਤੱਕ ਗੱਲ ਕਹਿਤੀ ਕਿ ਰਾਜਕੁਮਾਰ ਚੱਬੇਵਾਲ ਦਲ ਬਦਲੂ ਨੇ, ਉੱਥੇ ਹੀ ਦੂਜੇ ਪਾਸੇ PPCC ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਭੜਕਦੇ ਨਜ਼ਰ ਆਏ ਨੇ। ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਗੱਲ ਦੀ, ਇਸ ਬਦਲਾਅ ਦੀ ਨਿਖੇਧੀ ਕੀਤੀ ਹੈ ਜਿਹੜੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਰਾਜਕੁਮਾਰ ਚੱਬੇਵਾਲ ਨੇ ਦਿਖਾਈ ਹੈ। ਪਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਪ੍ਰਤਾਪ ਬਾਜਵਾ ਦਾ ਇਹ ਕਹਿਣਾ ਆ ਕਿ ਕਾਂਗਰਸ ਨੂੰ ਸ਼ਰਮਸਾਰ ਕੀਤਾ ਰਾਜਕੁਮਾਰ ਚੱਬੇਵਾਲ ਨੇ, ਉੱਥੇ ਦੂਜੇ ਪਾਸੇ PPCC ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਗੱਲ ਦੀ ਪਰਜ਼ੋਰ ਨਿਖੇਧੀ ਕੀਤੀ ਹੈ। ਲਗਾਤਾਰ ਕਾਂਗਰਸ ਪਾਰਟੀ ਜਿੱਥੇ ਘੱਟੋ ਘੱਟ ਰਾਜਕੁਮਾਰ ਚੱਬੇਵਾਲ ਦੀ ਹੋਂਦ ਨੂੰ ਲੈ ਕੇ ਸੁਰੱਖਿਅਤ ਨਜ਼ਰ ਆ ਰਹੀ ਸੀ, ਉੱਥੇ ਹੀ ਅਚਾਨਕ ਰਾਜਕੁਮਾਰ ਚੱਬੇਵਾਲ ਨੇ ਬਦਲਾਅ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਕੇ ਇੱਕ ਵੱਡਾ ਝਟਕਾ ਦੇ ਦਿੱਤਾ, ਉੱਥੋਂ ਝਟਕਾ ਦਿੱਤਾ ਜਿੱਥੋਂ ਕਾਂਗਰਸ ਪਾਰਟੀ ਆਪਣੇ ਆਪ ਨੂੰ ਸਿਕਿਓਰ ਸਮਝ ਰਹੀ ਸੀ। ਜਿਹੜੀ ਸੀਟ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਕੋਈ ਖਦਸ਼ਾ ਹੀ ਨਹੀਂ ਸੀ, ਕਿਉਂਕਿ ਲੰਘੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਰਾਜਕੁਮਾਰ ਚੱਬੇਵਾਲ ਕਾਂਗਰਸ ਦਾ ਪੱਖ ਪੂਰ ਰਹੇ ਸੀ, ਲਗਾਤਾਰ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਖਿਲਾਫਤ ਕਰ ਰਹੇ ਸੀ। ਪਰ ਜਿਸ ਪਾਰਟੀ ਦੀ ਖਿਲਾਫਤ ਕਰ ਰਹੇ ਸੀ ਰਾਜਕੁਮਾਰ ਚੱਬੇਵਾਲ, ਪਰਜ਼ੋਰ ਤਰੀਕੇ ਨਾਲ ਉਹ ਵੀ ਵੱਡੇ ਪੱਧਰ ਦੇ ਉੱਤੇ ਹੰਗਾਮੀਆਂ ਵਿਰੋਧਤਾ ਕਰ ਰਹੇ ਸੀ, ਉਹੀ ਰਾਜਕੁਮਾਰ ਚੱਬੇਵਾਲ ਉਸੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਇਹ ਕਾਂਗਰਸ ਪਾਰਟੀ ਨੂੰ ਜ਼ਰੂਰ ਇੱਕ ਵੱਡਾ ਝਟਕਾ ਲੱਗਿਆ ਔਰ ਉਸੇ ਝਟਕੇ ਦੇ ਮੱਦੇਨਜ਼ਰ ਵੱਖ ਵੱਖ ਕਿਸਮ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ। ਇੱਥੋਂ ਤੱਕ ਦਾਅਵੇ ਕੀਤੇ ਜਾ ਰਹੇ ਨੇ ਕਿ ਰਾਜਕੁਮਾਰ ਚੱਬੇਵਾਲ ਨੂੰ ਸਿਆਸੀ ਪੈਕੇਜ ਦਿੱਤਾ ਗਿਆ, ਸਿਆਸੀ ਪੈਕੇਜ ਦੇ ਵਿੱਚ ਰਾਜਕੁਮਾਰ ਚੱਬੇਵਾਲ ਨੂੰ ਇਹ ਵਾਅਦਾ ਕੀਤਾ ਗਿਆ ਆ ਬਕੌਲ ਕਾਂਗਰਸੀ ਕਿ ਉਹਨਾਂ ਨੂੰ MP ਦੀ ਸੀਟ ਦਿੱਤੀ ਜਾਵੇਗੀ, ਜਦਕਿ ਦੂਜੇ ਪਾਸੇ ਇਹ ਵੀ ਵਾਅਦਾ ਕੀਤਾ ਗਿਆ ਬਕੌਲ ਕਾਂਗਰਸੀ ਕਿ ਉਹਨਾਂ ਦੇ ਭਰਾ ਨੂੰ ਵਿਧਾਨ ਸਭਾ ਚੋਣ ਵੀ ਲੜਾਈ ਜਾਵੇਗੀ। ਖੈਰ, ਇਹ ਇਲਜ਼ਾਮ ਜਿਹੜੇ ਨੇ ਉਹ ਵੱਡੇ ਰਾਜਕੁਮਾਰ ਚੱਬੇਵਾਲ ਦੇ ਉੱਤੇ ਲਗਾਏ ਗਏ ਨੇ, ਉਹਨਾਂ ਦੇ ਅਸਤਿਤਵ ਦੇ ਉੱਤੇ ਲਗਾਏ ਗਏ ਨੇ, ਪਰ ਅਚਾਨਕ ਹੋਏ ਇਸ ਬਦਲਾਅ ਤੋਂ ਬਾਅਦ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਨੇ। ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਦੇ ਵਿਧਾਇਕ ਸਨ ਚੱਬੇਵਾਲ ਹਲਕੇ ਤੋਂ, ਉਹੀ ਅਚਾਨਕ ਹੁਸ਼ਿਆਰਪੁਰ ਸੀਟ ਤੋਂ ਹੁਣ MP ਦੀ ਚੋਣ ਲੜਨਗੇ, ਪਰ ਆਮ ਆਦਮੀ ਪਾਰਟੀ ਦੇ ਬੈਨਰ ਦੇ ਹੇਠ। ਅਚਾਨਕ ਹੋਈ ਇਸ ਤਬਦੀਲੀ ਨੇ ਕਾਂਗਰਸ ਨੂੰ ਜ਼ਰੂਰ ਝੰਝੋੜ ਕੇ ਰੱਖ ਦਿੱਤਾ ਔਰ ਇਸ ਤੋਂ ਬਾਅਦ ਜੋ ਕੁਝ ਸਾਹਮਣੇ ਆਇਆ, ਜੋ ਕੁਝ PPCC ਪ੍ਰਧਾਨ ਬੋਲੇ ਨੇ, ਆਓ ਸੁਣ ਲੈਂਦੇ ਹਾਂ। ਕੱਲ ਨੂੰ ਕਿਵੇਂ ਵੇਖਦੇ ਹੋ ਜਾਣ ਨੂੰ, ਕਿਉਂਕਿ ਵਿਧਾਨ ਸਭਾ 'ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ, ਕਰਜ਼ੇ ਦੀ ਪੰਡ ਲੈ ਕੇ। ਪਤਾ ਨਹੀਂ ਲੱਗਦਾ ਅੱਜ ਕੱਲ੍ਹ ਲੋਕਾਂ ਦਾ, ਟੂ ਮੱਚ ਓਪਰਚੁਨਿਸਟ ਲੋਕ ਹੋ ਗਏ ਨੇ। ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ, ਮੈਂ ਕੀ ਲੈ ਲਾਂ। ਹੁਣ ਚੱਬੇਵਾਲ ਸਾਹਿਬ ਨੂੰ 3 ਵਾਰੀ ਕਾਂਗਰਸ ਪਾਰਟੀ ਦਾ ਅਸੀਂ ਕੈਂਡੀਡੇਟ ਬਣਾ ਕੇ MLA ਬਣਾਇਆ, ਫਿਰ ਉਹਨਾਂ ਨੂੰ ਅਸੀਂ SC ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ, ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ। ਹੁਣ ਇਸ ਵਾਰੀ ਫਿਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ। ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ। ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟਡ ਕੈਂਡੀਡੇਟਸ ਹੈਗੇ ਨੇ, ਹੋਰ ਵੀ ਚੰਗੇ ਕੋਈ MP ਦਾ ਕੈਂਡੀਡੇਟ ਹੋ ਸਕਦਾ। ਹੁਣ ਇਹ ਤਾਂ ਨਹੀਂ ਹੈ ਕਿ ਵੀ ਚੱਬੇਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਈਏ, ਲੇਕਿਨ ਜਿਸ ਪ੍ਰਕਾਰ ਉਹ ਗਏ ਹੈ, ਮੈਂ ਸਮਝਦਾ ਕਿ ਤੁਹਾਡਾ ਯਕੀਨ ਉੱਠ ਜਾਂਦਾ ਕਿਸੇ ਵੀ ਵਿਅਕਤੀ ਤੋਂ, ਕਾਂਗਰਸ ਪਾਰਟੀ ਤੋਂ। ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਹੈ? ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ, ਵਿਧਾਨ ਸਭਾ 'ਚ ਤੁਸੀਂ ਡਿਪਟੀ ਲੀਡਰ ਹੋ, ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ, ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ, ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਹਰਾਸੇ, ਅੱਜ ਗਲਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ। ਮੈਂ ਸਮਝਦਾ ਕਿ ਕਹਿਣਾ ਨਹੀਂ ਚਾਹੀਦਾ, ਮਾਫ਼ੀ ਚਾਹੁੰਦਾ ਕਿ
ਲੋਕਾਂ ਨੇ ਸ਼ਰਮ ਸ਼ਰਮ ਤਾਂ ਬਿਲਕੁਲ ਆ ਹੀ ਦਿੱਤੀ ਹੈ, ਕਿਵੇਂ ਫੇਸ ਕਰੋਗੇ? ਕੋਈ ਵਿਅਕਤੀ ਅਗਰ ਕੱਲ੍ਹ ਨੂੰ ਮੇਰੇ ਨਾਲ ਕੱਲ੍ਹ ਗੱਲ ਕੀਤੀ ਹੈ ਚੱਬੇਵਾਲ ਸਾਹਿਬ ਨੇ, ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ? ਮੈਂ ਜਨਤਾ ਵਿੱਚ ਕਿਵੇਂ ਜਾਵਾਂਗਾ? ਲੋਕ ਕਹਿਣਗੇ ਯਾਰ ਐਡੇ ਬੇਯਕੀਨੇ ਬੰਦੇ ਹੈ। ਇਸੇ ਕਰਕੇ ਹੌਲੀ ਹੌਲੀ ਰਿਨੀ ਜੀ ਲੋਕਾਂ ਦਾ ਜਿਹੜਾ ਅਖਬਾਰ ਹੈ ਉਹ ਪੋਲੀਟੀਸ਼ੀਅਨ ਤੋਂ ਦੂਰ ਹੁੰਦਾ ਜਾ ਰਿਹਾ, ਕਿਉਂਕਿ ਉਹਨੂੰ ਲੱਗਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਹੈ। ਕੱਲ੍ਹ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ, ਕੱਲ੍ਹ ਨੂੰ ਕੀ ਕਰ ਲੈਣਗੇ, ਇਹਨਾਂ ਦਾ ਕੋਈ ਅਖਬਾਰ ਨਹੀਂ। Subscribe to One India channel and never miss an update.